मरमोते तेरी आईया वे रोना रोना
ਬਾਅਦ ਸੁਖਦ ਅਲੀ ਖਾਨ ਸਾਹਿਬ ਦੀ ਹਾਜ਼ਰੀ ਮੈਂ ਕਿਤੇ ਵੀ ਜਾਵਾਂ, ਮੈਂ ਕਿਤੇ ਵੀ ਸ਼ੋਅ ਲਾਵਾਂ ਅਤੇ ਮੇਰੀ ਫਸਟ ਇਹੀ ਹਾਜ਼ਰੀ ਹੁੰਦੀ ਹੈ। ਕਿਉਂਕਿ ਪਹਿਲਾਂ ਕਹਿੰਦੇ ਰੱਬ ਦਾ ਨਾਂ ਲੈ ਲੈਣਾ ਬਹੁਤ ਜ਼ਰੂਰੀ ਹੈ, ਸੋ ਮੇਰੇ ਵਾਸਤੇ ਤਾਂ ਉਸਤਾਦ ਮੁਸਤਫਾ ਅਲੀ ਖਾਨ ਸਾਹਿਬ ਮੇਰੇ ਰੱਬ ਆ, ਇਸ ਕਰਕੇ ਮੈਂ ਰੱਬ ਦਾ ਨਾਂ ਲੈਣਾ ਪਹਿਲਾਂ ਜ਼ਰੂਰੀ ਸਮਝਦਾ। ਅਤੇ ਹੁਣ ਆਈਏ ਥੋੜ੍ਹਾ ਆਪਣੇ ਗਾਣਿਆਂ ਵੱਲ, ਜੋੜੀ ਨੂੰ ਦੇਖ ਕੇ। ਹਾਂਜੀ, ਇੱਕ ਵਾਰੀ ਜ਼ੋਰਦਾਰ ਤਾੜੀ ਮਾਰੋ, ਇੱਕ ਵਾਰੀ ਬਾਈ ਗੈਰੀ ਸਿੰਘ ਵਾਸਤੇ ਤਾੜੀ ਮਾਰੋ, ਇੱਕ ਵਾਰੀ ਤਾੜੀ ਮਾਰਦੇ ਫਿਰ ਕੇ ਕੋਈ ਮੁੱਲ ਨਹੀਂ ਲੱਗਦਾ, ਕੋਈ ਗੱਲ ਨਹੀਂ, ਵਿਆਹ ਜਾਏ ਆਪਾਂ ਸਾਰੇ ਐਂਟਰਟੇਨਮੈਂਟ ਵੱਲ ਵੀ ਆਵਾਂਗੇ ਆਪਾਂ, ਕੋਈ ਗੱਲ ਨਹੀਂ, ਇੱਥੇ ਪੂਰਾ ਚੰਗੀ ਤਰ੍ਹਾਂ ਆਪਾਂ ਕਰਕੇ ਜਾਣਾ। ਗੱਲਾਂ ਸੱਚੀਆਂ ਥੋੜ੍ਹੀਆਂ ਸੁਣਾ ਕੇ ਜਾਣਾ, ਕਿਉਂਕਿ ਬਜ਼ੁਰਗ ਲੋਕ ਵੀ ਬੈਠੇ ਨੇ। ਮੌਤ ਮਾਰਦੀ ਨਾ ਬੰਦੇ ਨੂੰ ਤਾਂ ਈਗੋ ਮਾਰਦੀ, ਇਹ ਗੁੱਡੀ ਚੜ੍ਹੀ ਅਸਮਾਨ ਦੀ ਝੱਟ ਥੱਲੇ ਦਾਰ ਦੀ, ਮੌਤ ਮਾਰਦੀ ਨਾ ਬੰਦੇ ਨੂੰ ਤਾਂ ਈਗੋ ਮਾਰਦੀ। ਸਾਊਂਡ ਵਾਲੇ ਬਾਜੀ ਉਹ ਸਟੈਂਡ ਜਾ ਕੇ ਪੁੱਛੀ, ਮੌਤ ਮਾਰਦੀ ਨਾ ਬੰਦੇ ਨੂੰ ਤਾਂ ਈਗੋ ਮਾਰਦੀ, ਆ ਵੀ ਦੀ ਕਮਾਈ
जो बंदा नहीं समझदा, जो बंदे को पैसा रुतबा शोहरत आ जाती है, नाम आ जाता है, फिर वो कई बंदे होंगे इन्हां दे मेरे अगे मूर्ख जेडे कि रब नूं टप दसण लग पैंदे, वो कहते भी साढ़े तो उपर खड़े है ही कोई नहीं। फिर रब की करता उन्होंने नाल, रब उन्हों का की हशर करता है, ये रब की कहता है कि मैं भी है, मैं ही तेनों भेजा दुनिया से, मैं ही भेजा, तो मैं हम तेन दसन लगे कि मैं की है। रखता ना पैसे रंग रूप दा ਤਾੜੀਆਂ ਵੱਜੀਆਂ
ਬੱਜੀਆਂ ਮਾਰਦੇ ਬੱਜੀਆਂ ਬੱਜੀਆਂ ਮਾਰਦੇ ਨੇ ਬਸ ਬੱਜੀਆਂ ਮੀਨਸ ਇੱਦਾਂ ਇੱਦਾਂ ਲੋਕ ਦੀ ਆਵਾਜ਼ ਆਉਂਦੀ ਜਦੋਂ ਤਾੜੀਆਂ ਮਾਰਦੇ ਇੱਥੇ ਤਾਂ ਮੈਨੂੰ ਕੱਲੀ ਕੁੰਜੀਆਂ ਦੀ ਵੀ ਆਉਂਦੇ ਸੀ ਚਲੋ ਕੋਈ ਗੱਲ ਨਹੀਂ ਹਾਂਜੀ ਅਤੇ ਹੁਣ ਵਿਆਹ ਵਾਲੀ ਜੋੜੀ ਵਾਸਤੇ ਇਹ ਕੀ ਸੋਚਦੇ ਨੇ ਇੱਕ ਦੂਸਰੇ ਬਾਰੇ ਜੋ ਮੇਰੇ ਗਾਣੇ ਆਏ ਨੇ ਉਹਨਾਂ ਦੇ ਵਿੱਚੋਂ ਇੱਕ ਗਾਣਾ ਤੁਹਾਡੀ ਨਜ਼ਰ ਕਰਦਾ ਵਿਆਹ ਵਾਲੇ ਬਾਈ ਨੂੰ ਅਤੇ ਵਿਆਹ ਵਾਲੀ ਭੈਣ ਜੀ ਨੂੰ ਬਹੁਤ ਬਹੁਤ ਮੁਬਾਰਕਾਂ ਇੱਧਰੋਂ ਸਾਰਾ ਲਗਵਾਇਆ ਹੋਇਆ ਮੈਨੂੰ ਵਿਆਹ ਵਾਲੇ ਬਾਈ ਦਾ ਮੂੰਹ ਮਿਲੀ ਦਾ ਇੱਕ ਇਹਨਾਂ ਵਾਸਤੇ ਦੋਨਾਂ ਵਾਸਤੇ ਸਪੈਸ਼ਲ ਆ ਉਹ ਪਹਿਲਾਂ ਸਗਨ ਪਾ ਲੈਣ ਉਸ ਤੋਂ ਬਾਅਦ ਜਦੋਂ ਆਉਣਾ ਇਹਨਾਂ ਨੇ ਚੇਤੇ ਫਿਰ ਇਹਨਾਂ ਦੋਨਾਂ ਵਾਸਤੇ ਇੱਕ ਸਪੈਸ਼ਲ ਗੀਤ ਹੈ ਫਿਰ ਉਹ ਇਹਨਾਂ ਨੂੰ ਸੁਣਾਵਾਂਗੇ ਜ਼ਰੂਰ ਜਦ ਤੱਕ ਮੈਨੂੰ ਦੀਦਾ ਨਹੀਂ ਕਹੂੰ ਬਾਈ ਵਿਆਹ ਵਾਲੇ ਬਾਈ ਨੂੰ ਬਹੁਤ ਬਹੁਤ ਮੁਬਾਰਕਾਂ ਬਾਈ ਕੰਗਰੈਚੁਲੇਸ਼ਨ ਅਤੇ ਭਾਬੀ ਜੀ ਨੂੰ ਕੰਗਰੈਚੁਲੇਸ਼ਨ ਦੋਨਾਂ ਨੂੰ ਅੱਲਾ ਪਾ ਕੇ ਇਹਨਾਂ ਦੀ ਜੋੜੀ ਹਮੇਸ਼ਾ ਸਲਾਮਤ ਰੱਖੇ ਵਾਹਿਗੁਰੂ ਚੜ੍ਹਦੀ ਕਲਾ 'ਚ ਰੱਖੇ ਇਹਨਾਂ ਦੋਨਾਂ ਵਾਸਤੇ ਇੱਕ ਗੀਤ ਬਨੀ ਭਾਜੀ ਕਿੱਥੇ ਗਏ ਬਨੀ ਬਨੀ ਭਾਜੀ ਤੂੰ ਸੱਜਣਾ ਰੱਬ ਦੇ ਨਾਂ ਵਰਗਾ ਤੇ ਆਉਂਦੇ ਜਾਂਦੇ ਸੋਵਰਗਾ ਤੂੰ ਸੱਜਣਾ ਰੱਬ ਦੇ ਨਾਂ ਵਰਗਾ ਤੇ ਆਉਂਦੇ ਜਾਂਦੇ ਸੋਵਰ ਤੂੰ ਸੱਜਣਾ ਰੱਬ ਦੇ ਨਾਂ ਵਰਗਾ ਤੇ ਆਉਂਦੇ ਜਾਂਦੇ ਸੋਵਰ ਤੈਨੂੰ ਪਾਉਣ ਲਈ ਅਸੀਂ ਸੱਜਣਾ ਉਹ ਤੈਨੂੰ ਪਾਉਣ ਲਈ ਸਿਰੇ ਸਜਣਾ ਕਰ ਕੀ ਨਹੀਂ ਸਕਦੇ ਤੇਰੇ ਬਿਨ ਮਰ ਸਕਦੇ ਹਾਂ ਤੇਰੇ ਬਿਨ ਨਹੀਂ ਸਕਦੇ ਸਕਦੇ ਹਾਂ ਤੇਰੇ ਬਿਨ ਨਹੀਂ ਸਕਦੇ ਕੀ
सकते हम तेरे बिन जी नहीं सकते तेरे बिन मरना सकते तेरे बिन जी नहीं सकते छोड़े दा ही अंतरा क्योंकि कमा करने वास्ते जाना पैदा एक बारी तू दस मेरे सजना करिए तेन वक सजना कर भी नहीं सकते तेरे बिन मरता सकते तेरे पेमेंट मिट्टी हो जाए
ਤੱਕ ਘਰ ਨੂੰ ਬੱਟੇ ਹਾਂਜੀ ਇਹ ਸੀ ਮੇਰਾ ਗਾਣਾ ਵਿੱਚ ਵਿੱਚ ਤੁਹਾਨੂੰ ਗਾਣੇ ਵੀ ਸੁਣਾਉਂਦੇ ਰਹਿਣਾ ਆਪਣੇ ਕਿਉਂਕਿ ਵਿਆਹ ਦਾ ਮਾਹੌਲ ਹੈ ਥੋੜ੍ਹਾ ਨੱਚਣ ਦਾ ਵੀ ਮਾਹੌਲ ਬਣਾ ਰਿਹਾ ਜਦ ਸ਼ਗਨ ਪਾ ਲੈਣ ਮੈਂ ਉਹ ਅੜੀਕ ਦਾ ਪਿਆ ਜਦ ਸ਼ਗਨ ਪਾ ਕੇ ਵਿਹਲੇ ਹੋ ਜਾਣ ਫਿਰ ਆਪਾਂ ਕਾਰਵਾਈ ਅਗਲੀ ਸ਼ੁਰੂ ਕਰੀਏ ਅਤੇ ਸੱਚੀਆਂ ਗੱਲਾਂ ਚਾਹਤੇ ਹੀ ਜਿਹੜੇ ਸਾਡੇ ਬਜ਼ੁਰਗ ਬੈਠੇ ਆ ਸੱਚੀਆਂ ਗੱਲਾਂ ਉਹਨਾਂ ਦੇ ਸਾਹਮਣੇ ਆਪ ਪੇਸ਼ ਕਰਦਾ ਕਿ ਜਦੋਂ ਆਪਾਂ ਗੱਲ ਕਰਦੇ ਹਾਂ ਕਿ ਜਦੋਂ ਇੱਕ ਦੂਜੇ ਦੇ ਘਰੇ ਜਾਂਦੇ ਹਾਂ ਜਦੋਂ ਆਪਾਂ ਕਿਸੇ ਨੂੰ ਯਾਰ ਕਹਿ ਦਿੱਤਾ ਆਪਾਂ ਉਹਦੇ ਘਰੇ ਜਾਂਦੇ ਹਾਂ ਆਪਾਂ ਨੂੰ ਸਾਫ਼ ਨੀਅਤ ਦੇ ਨਾਲ ਜਾਣਾ ਚਾਹੀਦਾ ਅੱਖ ਦੇ ਵਿੱਚ ਮਹਿਲ ਨਹੀਂ ਰੱਖਣੀ ਚਾਹੀਦੀ ਜੇ ਕਿਸੇ ਨੂੰ ਭੈਣ ਕਹਿਤਾ ਜੇ ਕਿਸੇ ਨੂੰ ਮਾਂ ਕਹਿਤਾ ਤਾਂ ਫਿਰ ਉਹ ਭੈਣ ਹੀ ਹੋਵੇ ਅਤੇ ਮਾਂ ਹੀ ਹੋਵੇ ਉਹ ਗੱਲ ਕਰਨ ਜਾ ਰਹੇ ਹਾਂ ਉਹ ਸੱਚੀਆਂ ਗੱਲਾਂ ਮਾਨਕ ਸਾਹਿਬ ਦਾ ਇੱਕ ਗਾਣਾ ਆਇਆ ਸੀਗਾ ਕਿ ਗੋਲੀ ਮਾਰੋ ਇਹੋ ਜਿਹੇ ਬਣਾਉਟੀ ਯਾਰ ਦੇ ਕਿਹੜੀ ਯਾਰ ਦੇ ਗੋਲੀ ਮਾਰਨੀ ਚਾਹੀਦੀ ਹੈ ਉਹ ਤੁਹਾਡੀ ਨਜ਼ਰ ਕਰਦੇ ਹਾਂ ਉਹ ਤੋਂ ਪਹਿਲਾਂ ਦੋ ਗੱਲਾਂ ਜਿਹੜੀਆਂ ਸੱਚੀਆਂ ਉਹ ਤੁਹਾਨੂੰ ਸੁਣਾ ਕੇ ਜਾਂਦਾ ਜ਼ਰਾ ਗੌਰ ਨਾਲ ਸੁਣੋ ਮਰੇ ਨਾ ਜਵਾਨੀ ਵਿੱਚ ਮਾਪਿਆਂ ਦਾ ਪੁੱਤ ਦਾ ਗੁਪਤੀ ਨਾਰਾ ਔਖੇ ਵੇਲੇ ਛੱਡੀਏ ਨਾ ਹੱਥ ਫੜਕੇ ਦੀ ਕਿਸੇ ਮੁੰਡਿਆਂ ਦਾ ਉਹ ਮਰੇ ਨਾ ਜਵਾਨੀ ਵਿੱਚ ਮਾਪਿਆਂ ਦਾ ਪੁੱਤ ਨਾ ਕੋਈ ਪਤੀ ਨਾਰਾ ਔਖੇ ਵੇਲੇ ਛੱਡੀਏ ਨਾ ਹੱਥ ਫੜਕੇ ਦੀ ਕਿਸੇ ਮੁੰਡਿਆਂ ਦਾ ਉਹ ਯਾਰੀਆਂ ਨਿਭਾਈਏ ਜਾਨਵਰ ਕਹਿੰਦੇ ਪਿੱਠ ਨਾ ਦਿਖਾਈਏ ਮਿੱਤਰੋ ਗੱਲ ਧਿਆਨ ਨਾਲ ਸੁਣ ਵਾਲੀ ਹੈ ਜ਼ਰਾ ਧਿਆਨ ਨਾਲ